ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਇਲੈਕਸ਼ਨ ਤੋਂ ਬਾਅਦ ਲਗਾਤਾਰ ਆਮ ਆਦਮੀ ਪਾਰਟੀ ਤੇ ਕਾਂਗਰਸ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ, ਧਰਨੇ ਦਿੱਤੇ ਜਾ ਰਹੇ ਨੇ ਤੇ ਅੱਜ ਨਗਰ ਨਿਗਮ ਦੇ ਬਾਹਰ ਬਿਲਕੁਲ ਕਾਂਗਰਸ ਚੰਡੀਗੜ੍ਹ ਯੂਥ ਕਾਂਗਰਸ ਵੱਲੋਂ ਇਹ ਪ੍ਰੋਟੈਸਟ ਕੀਤਾ ਜਾ ਰਿਹਾ, ਜਿਹਦੇ ਵਿੱਚ ਅਨੋਖੇ ਢੰਗ ਨਾਲ ਬੁੱਧੀ ਸ਼ੁੱਧੀ ਮਹਾਯਗ ਕਰਵਾਇਆ ਜਾ ਰਿਹਾ। ਲੋਕਤੰਤਰ ਕੇ ਹਤਿਆਰੇ, ਕਿਲਰ ਆਫ ਡੈਮੋਕ੍ਰੇਸੀ, ਇਹਦੇ ਵਿੱਚ ਕਿਰਨ ਖੇਰ, ਸੰਜੇ ਟੰਡਨ, ਅਰੁਣ ਸੂਦ, ਜੇਪੀ ਮਲਹੋਤਰਾ, ਅਨਿਲ ਮਸੀਹ ਦੀ ਤਸਵੀਰਾਂ ਲਾਈ ਗਈ ਹੈ ਤੇ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਇੱਥੇ ਚੰਡੀਗੜ੍ਹ ਯੂਥ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਮਨੋਜ ਲੁਭਾਣਾ, ਉਹਨਾਂ ਦੀ ਅਗਵਾਈ ਦੇ ਵਿੱਚ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਤੇ ਤਸਵੀਰਾਂ ਚੰਡੀਗੜ੍ਹ ਦੇ ਨਗਰ ਨਿਗਮ ਦੇ ਬਿਲਕੁਲ ਬਾਹਰ ਦੀਆਂ ਤਸਵੀਰਾਂ ਨੇ। ਮਨੋਜ ਲੁਭਾਣਾ ਸਾਡੇ ਨਾਲ ਨੇ। ਮਨੋਜ, ਅੱਜ ਨਗਰ ਨਿਗਮ ਦੇ ਬਾਹਰ ਇਹ ਬੁੱਧੀ ਸ਼ੁੱਧੀ ਕਰਵਾਇਆ ਜਾ ਰਿਹਾ, ਕਾਰਨ ਜੋ ਇਨ ਲੋਕਾਂ ਦੀ ਬੁੱਧੀ ਖਰਾਬ ਹੋ ਰੱਖੀ ਹੈ, ਬੁੱਧੀ ਸ਼ੁੱਧੀ ਮਹਾਯਗ ਅੱਜ ਚੰਡੀਗੜ੍ਹ ਯੂਥ ਕਾਂਗਰਸ ਵੱਲੋਂ ਕਰਾਇਆ ਜਾ ਰਿਹਾ, ਜੋ ਇਹਨਾਂ ਦੀ ਬੁੱਧੀ ਭ੍ਰਿਸ਼ਟ ਹੋਈ ਹੈ ਇਨ ਚੋਰਾਂ ਦੀ, ਸਾਡੇ ਚੰਡੀਗੜ੍ਹ ਦਾ ਬੁਰਾ ਹਾਲ ਕਰਤਿਆ ਇਨ ਲੋਕਾਂ ਨੇ। 9 ਸਾਲਾਂ 'ਚ ਚੰਡੀਗੜ੍ਹ ਬਿਊਟੀਫੁਲ ਸਿਟੀ ਮੰਨਿਆ ਜਾਂਦਾ ਸੀ, 9ਵੇਂ ਨੰਬਰ ਤੇ ਆਉਂਦਾ ਸੀ, ਕਦੇ ਪਹਿਲੇ ਨੰਬਰ ਤੇ ਆਉਂਦਾ ਸੀ, ਹੁਣ 50 ਤੋਂ ਪਾਰ ਟੱਪ ਗਿਆ ਤੇ ਮੇਅਰ ਇਲੈਕਸ਼ਨ 'ਚ ਜੋ ਇਹਨਾਂ ਨੇ ਧਾਂਦਲੀ ਕੀਤੀ ਹੈ, ਚੋਰੀ ਕੀਤੀ ਹੈ, ਉਸ ਕਰਕੇ ਇਹਦੀ ਬੁੱਧੀ ਸ਼ੁੱਧੀ ਕਰਕੇ ਅੱਜ ਇਹ ਮਹਾਯਗ ਕਰਾਇਆ ਜਾ ਰਿਹਾ। ਨੀਤੀ ਕਿਸ ਤਰ੍ਹਾਂ ਦੀ ਰਹਿਣ ਵਾਲੀ ਹੈ ਅਗਲੇ? ਰੋਜ਼ ਨਏ ਤਰੀਕੇ ਨਾਲ ਇਹਨਾਂ ਦਾ ਜ਼ਮੀਰ ਜਗਾਵਾਂਗੇ ਕਿ ਕਹਿਵਾਂਗੇ ਤੁਸੀਂ ਅਸਤੀਫਾ ਦਿਓ, ਤੇ ਜੋ ਇਹਨਾਂ ਨੇ ਗੰਦੀ ਹਰਕਤ ਕੀਤੀ ਹੈ ਇਹਦੇ ਖਿਲਾਫ ਹਰ ਰੋਜ਼ ਅਲੱਗ ਅਲੱਗ ਤਰੀਕੇ ਨਾਲ ਯੂਥ ਕਾਂਗਰਸ ਬੁੱਧੀ ਸ਼ੁੱਧੀ ਦੇ ਵਾਸਤੇ ਤੁਸੀਂ ਕਿਰਨ ਖੇਰ, ਸੰਜੇ ਟੰਡਨ, ਅਰੁਣ ਸੂਦ, ਜੇਪੀ ਮਲਹੋਤਰਾ, ਅਨਿਲ ਮਸੀਹ ਦੀ ਤਸਵੀਰਾਂ, ਹਾਂਜੀ, ਪੰਜਾਂ ਨੇ ਮਿਲ ਕੇ ਧਾਂਦਲੀ ਕੀਤੀ ਹੈ ਤੇ ਪੰਜਾਂ ਦਾ ਹੋਇਆ। ਠੀਕ ਹੈ, ਤੇ ਬਿਲਕੁਲ ਚੰਡੀਗੜ੍ਹ ਯੂਥ ਕਾਂਗਰਸ ਦਾ ਇਹ ਪ੍ਰੋਟੈਸਟ ਕੀਤਾ ਜਾ ਰਿਹਾ, ਬਿਲਕੁਲ ਅਲੱਗ ਤਰੀਕੇ, ਅਨੋਖੇ ਢੰਗ ਦੇ ਨਾਲ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਤੇ ਵੱਖ ਵੱਖ ਬੈਨਰਸ ਲੈ ਕੇ ਇਹ ਨਗਰ ਨਿਗਮ ਦੇ ਬਿਲਕੁਲ ਬਾਹਰ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ। ਤਸਵੀਰਾਂ ਦੇਖੋ, ਹਾਲਾਂਕਿ ਇੱਕ ਪਾਸੇ ਚੰਡੀਗੜ੍ਹ ਨਗਰ ਨਿਗਮ ਦੇ ਬਾਹਰ ਆਮ ਆਦਮੀ ਪਾਰਟੀ ਦੇ ਕਾਉਂਸਲਰਸ ਤੇ ਸਪੋਰਟਰਸ ਬੈਠੇ ਹੋਏ ਹਨ ਅਨਸ਼ਨ ਤੇ ਦੂਜੇ ਪਾਸੇ ਕਾਂਗਰਸ ਵੱਲੋਂ ਲਗਾਤਾਰ ਧਰਨੇ ਪ੍ਰਦਰਸ਼ਨ, ਹੁਣ ਮਹਾਯਗ ਸ਼ੁਰੂ ਹੋ ਚੁੱਕਿਆ ਹੈ, ਡਿਫਰੈਂਟ ਤਰੀਕੇ ਨਾਲ ਇਹ ਪ੍ਰੋਟੈਸਟ ਕਰਦੇ ਨਜ਼ਰ ਆ ਰਹੇ ਨੇ, ਕਦੇ ਧਰਨਾ ਪ੍ਰਦਰਸ਼ਨ ਦਿੱਤਾ ਜਾ ਰਿਹਾ, ਕਦੇ ਬੀਜੇਪੀ ਲੀਡਰਸ ਨੂੰ ਘੇਰਿਆ ਜਾ ਰਿਹਾ, ਅਨਿਲ ਮਸੀਹ ਨੂੰ ਘੇਰਨ ਦੀ ਜਿਹੜੀ ਤਿਆਰੀ ਉਹ ਕੀਤੀ ਜਾ ਰਹੀ ਹੈ। ਜਦ ਤੱਕ ਇਹਨਾਂ ਦਾ ਸਾਫ਼ ਤੌਰ ਤੇ ਕਹਿਣਾ ਕਿ ਅਨਿਲ ਮਸੀਹ ਦੇ ਖਿਲਾਫ਼ ਪਰਚਾ ਨਹੀਂ ਦਰਜ ਹੁੰਦਾ ਜਾਂ ਫਿਰ ਮੇਅਰ ਨੂੰ ਨਹੀਂ ਹਟਾਇਆ ਜਾਂਦਾ, ਲਗਾਤਾਰ ਅਸੀਂ ਇਸੇ ਤਰ੍ਹਾਂ ਪ੍ਰੋਟੈਸਟ ਕਰਦੇ ਰਹਾਂਗੇ। ਚੰਡੀਗੜ੍ਹ ਤੋਂ ਕੈਮਰਾਮੈਨ ਰਜਿੰਦਰ ਕੁਮਾਰ ਨਾਲ ਮਨੋਜ ਰਾਠੀ, ਨਿਊਜ਼ 18।